ਸਾਡਾ ਭਰਾ ਗੱਗੂ ਹੋਰ ਵੀਰੇ ਕਿਵੇਂ ਹੋ ਜੀ ਵਧੀਆ ਬਾਈ ਵਧੀਆ ਘਰੇ ਠੀਕ ਆ ਸਾਰੇ ਸਾਰੇ ਵਧੀਆ ਤੁਸੀਂ ਦੱਸੋ ਵੀ ਆਪਾਂ ਕਿਵੇਂ ਚੱਲ ਰਿਹਾ ਮੈਚ ਬਾ ਵਧੀਆ ਚੱਲੀ ਜਾਂਦੇ ਬਾਈ ਠੀਕ ਆ ਕਿੰਨੇ ਸਕੋਰ ਕਿੰਨੇ ਸਕੋਰ ਬਣਾਉਣੇ ਆ 99 ਮੈਂ ਟਾਰਗੇਟ ਆ 9 ਆ ਗਏ ਲੱਗਦਾ ਵੀ ਤੁਸੀਂ ਬਣਾ ਪਾਓਗੇ ਬਣਾ ਦਾਂਗੇ ਬਾਈ ਕੋਈ ਚੱਕਰ ਹੀ ਨਹੀਂ ਪਤਾ ਕਿਹੜੇ ਖੇਡੇ ਬਣਾਵਾਂਗੇ ਹਾਂ ਇਹ ਆ ਗੱਗੂ ਸਾਡਾ ਵੀਰ ਬੋਲਾਂ ਚੈੱਕ ਕਰ ਕਰਕੇ ਦੇ ਰਿਹਾ ਭਰਾ ਸਾਡਾ ਸੋ ਜ਼ੋਰ ਲੱਗਿਆ ਆਇਆ ਜੀ ਪੂਰਾ ਸੋ ਭਰਾ ਸਾਡੇ ਖੇਡਦੇ ਨਜ਼ਰ ਆ ਰਹੇ ਆ ਚੱਕ ਫਤਿਹ ਸਿੰਘ ਵਾਲਾ ਤੇ ਤਖਾਨਵਾਦ ਦੀਆਂ ਟੀਮਾਂ ਹੋਰ ਵੀਰੇ ਜੇ ਬੈਟਿੰਗ ਤੇ ਜਾਂਦੇ ਹੋ ਪਹਿਲੀ ਵਾਰ ਰੋਕੋਗੇ ਕਿ ਮਾਰੋਗੇ ਆ ਪਤਾ ਵੀ ਟੈਕ ਕਰਕੇ ਤਾਂ ਰੋਕਣ ਵਾਲਾ ਕੰਮ ਹੈ ਨਹੀਂ ਹੈ ਰੈਗੂਲਰ ਖੇਡੋਗੇ ਹੁਣ ਵੀਰੇ ਇਹ ਬਲੈਕੀ ਇਹ ਇਹ ਕੈਚ ਪੁਆਇੰਟ ਤੋਂ ਬਾਹਰ ਤੁਸੀਂ ਦੇਖ ਸਕਦੇ ਹੋ ਕੁਲਵੀਰ ਤੂਰਾ ਖਿਡਾਰੀ ਖੇਡ ਰਹੇ ਸੀ ਤੇ ਕੀ ਰਣਨੀਤੀ ਲੈ ਕੇ ਆਏ ਸੀਗੇ ਰਣਨੀਤੀ ਵੀਰੇ ਇੱਕ ਤਾਂ ਜੀ ਹਰਮਨ ਬਾਈ ਨੂੰ ਸਮਝਾਉਂਦਾ ਹੁੰਦਾ ਹਨਾ ਹਾਂਜੀ ਸੋਚਿਆ ਕਰ ਵਧੀਆ ਮੈਚ ਪਵੇ ਹੁਣ ਮੈਨੂੰ ਹੁੰਦਾ ਵਧੀਆ ਪਲੇਅਰ ਨਾਲ ਮੈਚ ਹੋਵੇ ਕਿਉਂਕਿ ਵਧੀਆ ਫਿਰ ਹਨਾ ਚਲ ਮਾੜਾ ਮੋਟਾ ਬੰਦਾ ਨਿਗਾਹ ਜਾਂਦਾ ਹਾਂ ਬਿਲਕੁਲ 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 ਕਿਉਂਕਿ ਕਾਫੀ ਜ਼ਿਆਦਾ ਲੋਕ ਉਮੀਦ ਲਾਈ ਬੈਠੇ ਸੀਗੇ ਵੀ ਕੋਠੇ ਪੋਨੇ ਦੀ ਟੀਮ ਬਾਜੀ ਮਾਰੂਗੀ ਵਧੀਆ ਖੇਡੇ ਕਾਂਤੀ ਵੀ ਸਾਰੇ ਵਧੀਆ ਖੇਡੇ ਜੀ ਦੂਗਰੀ ਟੀਮ ਵਧੀਆ ਖੇਡੀ ਜਵਾਕ ਵਧੀਆ ਖੇਡੇ ਸਾਰੇ ਟਾਰਗੇਟ ਠੀਕ ਸੀਗਾ 75 ਦਾ ਬਸ ਸ਼ੁਰੂ ਤੋਂ ਚੜ ਗਿਆ ਜੀਵਨਪੁਰ ਦਾ ਬੋਂਗੋਵਾਲ ਕਰ ਰਿਹਾ ਸੀਗਾ ਤੇ ਕੀ ਲੱਗਦਾ ਸੀ ਵੀ ਉਦੋਂ ਤੁਹਾਡੇ ਮਨ 'ਚ ਕੀ ਖਿਆਲ ਆਉਂਦੇ ਸੀ ਵੀ ਇਹਨੂੰ ਰੋਕੀਏ ਕਿ ਮਾਰ ਕੇ ਖੇਡੀਏ ਨਹੀਂ ਜੀ ਹੁਣ ਤਾਂ ਮਾਰ ਕੇ ਮੈਨੂੰ ਐਂ ਸੀ ਵੀ ਜੇ ਰੋਕਣ ਦੇ ਬਾਗੇ ਕਾਸ਼ੂ ਬਾਈ ਦਾ ਵੀ ਓਵਰ ਆ ਫਿਰ ਇਹਨੂੰ ਐਂ ਸੀ ਵੀ ਇਹਨੂੰ ਮਾਰ ਕੇ ਜੇ ਕਿਹੜਾ ਮੈਚ ਚੱਲ ਪਿਆ ਰੋਣ 24 ਆ ਗਏ ਫਿਰ 5-50 ਰਹਿ ਗਏ ਫਿਰ ਇਸ ਕਾਲ 'ਚ ਬਾਕੀ ਝੋਟੇ ਨੇ ਬਾਕੀ ਰਾਜੂ ਫੰਮਣ ਵਾਲ ਤੁਸੀਂ ਦੇਖ ਸਕਦੇ ਹੋ ਨਾਂ ਬਹੁਤ ਸੁਣਿਆ ਪਰ ਰਾਜੂ ਨੂੰ ਨੇੜਿਓਂ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕਾਂ ਨੇ ਦੇਖਿਆ ਹਨਾ ਰਾਜੂ ਵੀਰੇ ਕਈ ਲੋਕ ਤਾਂ ਪਛਾਣਦੇ ਵੀ ਨਹੀਂ ਬਾਅਦ 'ਚ ਹੀ ਪਤਾ ਲੱਗਦਾ ਵੀ ਰਾਜੂ ਆ ਫੰਮਣ ਵਾਲੀ ਆ ਹੋਰ ਰਾਜੂ ਵੀਰੇ ਕਿਵੇਂ ਐਨ ਵਧੀਆ ਜੀ ਵੀਰੇ ਕਿਵੇਂ ਲੱਗ ਰਿਹਾ ਟੂਰਨਾਮੈਂਟ ਐਨ ਇੱਕ ਨੰਬਰ ਆ ਵੀਰੇ ਟੂਰਨਾਮੈਂਟ ਤੋਂ ਬਾਅਦ ਤਾਂ ਫਿਰ ਰੱਬ ਦੀ ਨਾ ਹਾਂ ਤੁਹਾਡਾ ਮੈਚ ਕਾਫੀ ਤਕੜਾ ਸੀਗਾ ਕੀ ਰਣਨੀਤੀ ਲੈ ਕੇ ਖੇਡੇ ਸੀਗੇ ਵੀ ਕਿਸ ਤਰੀਕੇ ਦੀ ਬੈਟਿੰਗ ਬੋਲਿੰਗ ਕਰਨੀ ਆਪਾਂ ਰਣਨੀਤੀ ਦਾ ਵੀਰੇ ਐ ਸੀ ਵੀ ਪਹਿਲਾਂ ਚੱਲ ਸਾਡੀ ਬਾਲ ਆ ਗਈ ਹੈ ਨਾ ਅਸੀਂ ਟੌਸ ਹਾਰ ਗਏ ਤੇ ਸਾਨੂੰ ਐਵੇਂ ਸੀ ਵੀ ਜਿੰਨਾ ਘੱਟ ਤੋਂ ਘੱਟ ਸਕੋਰ ਹੋਵੇ ਉਹਨਾਂ ਸੇ ਦੀ ਟਾਰਗੇਟ ਮਤਲਬ ਅਸੀਂ ਚੇਸ ਕਰ ਸਕਦੇ ਹਾਂ ਨਾ ਕਿਉਂਕਿ ਵੱਧ ਸਕੋਰ ਤੇ ਤੁਹਾਨੂੰ ਪਤਾ ਪ੍ਰੈਸ਼ਰ ਵੀ ਹੁੰਦਾ ਤੇ ਟੀਮ ਚੜ ਜਾਂਦੀ ਆ ਫਿਰ ਘੱਟ ਸਕੋਰਾਂ ਤੇ ਰੋਕਿਆ ਤੁਸੀਂ ਤੇ ਰਨ ਚੇਸ ਕੀਤੇ ਜੇ 90 ਕ ਦਾ ਟਾਰਗੇਟ ਹੁੰਦਾ ਫਿਰ ਕੀ ਹੁੰਦਾ ਹੁੰਦਾ ਫਿਰ ਵੀ ਅਸੀਂ ਕੋਸ਼ਿਸ਼ ਪੂਰੀ ਕਰਦੇ ਵੀ ਨੰਬਰ ਨਹੀਂ ਬਣ ਗਏ ਜੀ ਵੈਸੇ ਫਿਰ ਐਸੀ ਮੈਚ ਵੀਰੇ ਮੰਨ ਲਓ ਵੀ ਫਿਰ 60-40 ਹੋ ਜਾਂਦਾ ਮੈਚ 60-40 ਹੋ ਜਾਣਾ ਸੀਗਾ ਇਹ ਗੱਲ ਆ ਸੋ ਅਗਲੇ ਮੈਚ ਵੀ ਕਾਫੀ ਤਕੜੇ ਆ ਪੂਰੀ ਤਿਆਰੀ ਆ ਹਾਂਜੀ ਹਾਂਜੀ ਬਾਕੀ ਟੂਰਨਾਮੈਂਟ ਨੰਬਰ ਵੀਰੇ ਇੱਕ ਨੰਬਰ ਟੂਰਨਾਮੈਂਟ ਆ ਪੂਰਾ ਜਿਆਦਾ ਕੋਈ ਕਮੀ ਪੇਸ਼ੀ ਤਾਂ ਨਹੀਂ ਤੁਸੀਂ ਵਧੀਆ ਖੇਡਿਓ ਮਾਨਤਾਨ ਹੋਇਆ ਹਾਂਜੀ ਹਾਂਜੀ ਕਿੰਨੇ ਕਿੰਨੇ ਪੈਸੇ ਮਿਲ ਗਏ 15-15 ਕਰੂ ਨਹੀਂ ਮੈਨੂੰ ਨਹੀਂ ਪਤਾ ਉਹ ਵੀਰੇ 5 ਓਵਰਾਂ 'ਚ ਸਹੀ ਆ 5 ਓਵਰਾਂ 'ਚ ਸਹੀ 6 ਓਵਰ 'ਚ ਦੋਨੇ ਬਾਅਦ ਦੇ ਬੋਲ ਪਾਉਂਦੇ 4-5 ਓਵਰਾਂ 'ਚ ਸਹੀ ਆ ਇੱਕ ਪਲੇਅਰ ਬਾਹਰ 7 ਓਵਰ 6 ਓਵਰਾਂ 'ਚ ਤਾਂ ਵੀਰੇ ਦੋ ਪਲੇਅਰ ਬਣਦੇ ਆ ਹਾਂ ਆਪਣੀ ਬਣ ਗਈ ਆ ਆਪਣੀ 6 ਬੋਲਰ ਪਿੰਡ ਦੇ ਲਾਉਣੇ ਬਹੁਤ ਔਖੇ ਹਾਂ ਬਹੁਤ ਔਖੇ ਆ ਵੀਰੇ ਕਿਉਂਕਿ 6 ਬੋਲਰ ਦਾ ਕਲੱਬਾਂ 'ਚ ਲਾਉਣੇ ਬਹੁਤ ਔਖੇ ਆ ਬੋਲਰ ਨਹੀਂ ਲੱਭਦਾ ਜਲਦੀ ਆਪਾਂ ਇੱਕ ਟੀਮ ਮੈਂਬਰ ਆ ਪਰ ਬੰਦਾ ਬੈਟਿੰਗ ਕਿਤੇ ਮਰਜ਼ੀ ਡਾਊਨ ਤੇ ਕਰੇ ਬੋਲਿੰਗ ਕਿਤੇ ਮਰਜ਼ੀ ਡਾਊਨ ਸਹੀ ਗੱਲ ਆ ਸਹੀ 6-6 ਹੋਣਾ ਇਹ ਗੱਲ ਸਹੀ ਆ ਵੀ ਓਵਰ ਵਧੀਆ ਦਿੱਤੇ ਜਾ ਰਹੇ ਆ ਸੋ ਪ੍ਰੀ ਕੁਆਟਰ ਮੈਚ ਵੀ ਹੋਏ ਨੇ ਮੈਂ ਪਹਿਲਾਂ ਦੇਖਿਆ ਵੀ 6-6 ਓਵਰ ਦਿੱਤੇ ਇਹਨਾਂ ਨੇ ਸੋ ਸਾਰੇ 6-6 ਓਵਰਾਂ ਦੇ ਕਰਾਏ ਸੋ ਵਧੀਆ ਟੂਰਨਾਮੈਂਟ ਖੇਡਿਆ ਜਾ ਰਿਹਾ ਜੀ ਬਾਕੀ ਹੁਣ ਅੱਗੇ ਦੇਖਦੇ ਆ ਕੀ ਬਣਦਾ ਕਲਾਰ ਦੇ ਕੱਪ ਦਾ ਮਾਹੌਲ ਦੇਖੋ ਜੀ ਲੋਕ ਦਰਸ਼ਕ ਵੀਰ ਆਨੰਦ ਮਾਰ ਰਹੇ ਅੰਦਰ ਲੰਮੇ ਜੱਟਪੁਰ ਵਾਲੇ ਭਰਾ ਵੀ ਖੇਡਣ ਦੇ ਲਈ ਤਿਆਰ ਆ ਅਗਲਾ ਮੈਚ ਇਹਨਾਂ ਦਾ ਵੀ ਤਕੜਾ ਖੇਡਿਆ ਜਾਊ ਸੋ ਦਰਸ਼ਕ ਵੀਰ ਤੁਸੀਂ ਦੇਖ ਸਕਦੇ ਹੋ ਦੋਧਾਂ ਦੀ ਟੀਮ ਵੀ ਪਹੁੰਚੀ ਹੋਈ ਆ ਅੱਜ ਦੇ ਇਸ ਟੂਰਨਾਮੈਂਟ ਦੇ ਉੱਪਰ ਦਰਸ਼ਕ ਵੀਰ ਬੈਠੇ ਆ ਜੀ ਮੈਚਾਂ ਦਾ ਆਨੰਦ ਮਾਣ ਰਹੇ ਆ ਪੂਰੇ ਤਕੜੇ ਮੈਚ ਆ ਪਰਲੀ ਸਾਈਡ ਵੀ ਦੇਖ ਸਕਦੇ ਜੀ ਰੈਡੀ ਚੱਕ ਫਤਿਹ ਸਿੰਘ ਵਾਲਾ ਤਖਾਨਵੱਡ ਦਾ ਮੈਚ ਚੱਲ ਰਿਹਾ ਸੋ ਖੇਡਦੇ ਨਜ਼ਰ ਆ ਰਿਹਾ ਖਿਡਾਰੀ
ਲਓ ਜੀ ਮੈਚ ਸੁਪਰ ਓਵਰ ਸੁਪਰ ਓਵਰ ਸੁਪਰ ਓਵਰ ਸੁਪਰ ਓਵਰ ਬਹੁਤ ਵਧੀਆ ਮੈਚ ਸੁਪਰ ਓਵਰ ਲੱਗ ਗਿਆ ਜੀ ਪੂਰਾ ਸਵਾਦ ਹਾਂ ਸੁਪਰ ਓਵਰ ਲੱਗ ਗਿਆ ਹੋਰ ਹੈਪੀ ਵੀਰੇ ਕਿਵੇਂ ਹੋ ਵਧੀਆ ਕੀ ਹਾਲ ਆ ਨਵੀ ਕਹਿਵਾਂ ਵੀਰੇ ਲਓ ਜੀ ਸੁਪਰ ਓਵਰ ਲੱਗ ਗਿਆ ਹੁਣ ਦੇਖਦੇ ਹਾਂ ਸੁਪਰ ਓਵਰ ਦੇ ਵਿੱਚ ਕੀ ਹੁੰਦਾ ਬਾਲਾ ਤਕੜਾ ਮੈਚ ਸਰਾ ਕਰਤਾ ਉਹ ਮਾਣਾ ਪਾਇਆ ਚਾਹੇ ਆਊਟ ਹੋਵੇ ਜਾਂ ਨਾ ਹੋਵੇ ਇਹ ਨੋਟ ਕਰੋ ਭਰਾਵਾਂ ਜੀ ਅੱਜ ਦੇ ਖੇਡ ਮੇਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਸੋ ਇਧਰ ਟਰੋਫੀਆਂ ਤੁਸੀਂ ਦੇਖ ਸਕਦੇ ਹੋ ਭਾਵੇਂ ਦੋਨੇ ਬਾਹਰ ਦੇ ਉੱਪਰ ਆਏ ਕੋਈ ਚੱਕਰ ਨਹੀਂ ਗਿਆ ਸੁਪਰ ਵਿੱਚ ਦੋਨੇ ਵੀ ਬਾਹਰ ਜਾ ਸਕਦੇ ਆ ਉਧਰ ਲਗਾਤਾਰ ਤਿੰਨ ਛੱਕੇ ਤਾਲੀ 2000 ਤੇ ਲਗਾਤਾਰ ਕਹਿੰਦੇ ਪੰਜ ਲਓ ਜੀ ਇੰਜੋਏ ਸੋ ਪੂਰੀ ਰੌਣਕ ਲਾਈ ਆ ਸਾਡੀ ਬਾਜਾ ਗੈਂਗ ਨੇ ਸੋ ਇਧਰਲੇ ਪਾਸੇ ਦੇਖ ਸਕਦੇ ਹੋ ਇੱਕ ਵਾਰੀ ਫੇਰ ਪ੍ਰਬੰਧਕ ਦਿਖਾ ਦੇਵਾਂ ਤੁਹਾਨੂੰ ਮੈਂ ਆਕਾਸ਼ ਕਲਾਬ ਤੇ ਮਨਜਿੰਦਰ ਕਲਾਬ ਦਾ ਵੀ ਸਨਮਾਨ ਆ ਬਹੁਤ ਬੜਾ ਸਨਮਾਨ ਹੈ ਢੀਡੀ ਆ ਜਾਵੇ ਸੇਵਕ ਆ ਸੇਵਕ ਢੀਡੀ ਆ ਜਾਵੇ ਆ ਜਾਵੇ ਐਂਗਲਰ ਲੈ ਦੇਵੇ 2.99 ਫੈਸਲੇ ਹੁੰਦੇ ਆ ਹੈਵੀ ਲੱਕੀ ਜਿਹੜਾ ਬਾਈਪਾਸ ਤੇ ਤੂੰ ਕੰਮ ਕਰਨ ਲੱਗਿਆ ਬਹੁਤ ਵਧੀਆ ਹੈ ਬਹੁਤ ਪੁਰ ਲੱਗਣਾ ਲਾਓ ਸਾਹਮਣੇ ਸਾਹਮਣੇ ਪਰ ਕੰਜਰ ਨੂੰ ਫਾਇਦਾ ਕਹੋ ਕਿ ਕੋਈ ਫਾਇਦਾ ਨਹੀਂ ਲੱਕੀ ਨੂੰ ਕੋਈ ਫਾਇਦਾ ਨਹੀਂ ਉਹਦਾ ਲਾਓ ਸਾਹਮਣੇ ਬਣਾ ਜਰੀਆ ਕਹਿੰਦੇ ਹੁੰਦੀ ਆ ਲੱਕੀ ਕਹਿੰਦਾ ਡਰਨਾ ਗੱਲ ਸੱਚ ਸਮਾਪਤ ਲਓ ਮੇਰੇ ਪੰਜਾਬੀ ਵੀਰੋ ਜੋਧਾ ਤੇ ਦੁੱਕਰੀ ਕੰਤੀ ਦਾ ਮੈਚ ਜਿਹੜਾ ਚੱਲ ਰਿਹਾ ਖੇਡ ਗਰਾਊਂਡ ਦੇ ਅੰਦਰ ਹਵਾਵਾਂ ਤੇਜ਼ ਨੇ ਸੋ ਬਹੁਤ ਜ਼ਿਆਦਾ ਹਨੇਰੀ ਆ ਚੁੱਕੀ ਆ ਜੀ ਸੋ ਲਾਈਟ ਵੀ ਭੱਜ ਚੁੱਕੀ ਆ ਔਰ ਸਾਡੇ ਦਰਸ਼ਕ ਵੀਰ ਵੀ ਭੱਜਦੇ ਨਜ਼ਰ ਆ ਰਹੇ ਆ ਇੱਧਰ ਮਨੀ ਮਸੀਤਾਂ ਲੱਖੀ ਲਾਰਾ ਹਾਂਜੀ ਵੀਰੇ ਫਾਈਨਲ ਹੋਊਗਾ ਅੱਜ ਫਾਈਨਲ ਹੋਵੇ ਨਾ ਹੋਵੇ ਪਰ ਮੈਂ ਨਾ ਯਾਰ ਫਾਈਨਲ ਹੋ ਜੇ ਮੀਂਹ ਨਾ ਆਵੇ ਮਿੰਤ ਹੋਵੇ ਨਾ ਹੋਵੇ ਬਿਲਕੁਲ ਬਹੁਤ ਨੇ ਲੱਖੀ ਲਾਰਾ ਜੀ ਅੱਜ ਦੇ ਟੂਰਨਾਮੈਂਟ ਦੇ ਪਹੁੰਚੇ ਨੇ ਮੰਨੀ ਨਹੀਂ ਮੇਰੀ ਵੀ ਬਈ ਥੋੜੀ ਕਾਲੀ ਕਰ ਲਓ ਹਨਾ ਲੱਕੀ ਕੀ ਲੱਗਦਾ ਫਾਈਨਲ ਹੋਊ ਕਿ ਨਹੀਂ ਹੋਊਗਾ ਚਲੋ ਪ੍ਰਮਾਤਮਾ ਮਿਹਰ ਕਰੇ ਮੀਂਹ ਨਾ ਆਵੇ ਫਸਲਾਂ ਖੜੀਆਂ ਹੋਈਆਂ ਜੋਤ ਕਲਾਰ ਨੇ ਜੋਤ ਵੀਰੇ ਕਿਵੇਂ ਹੋ ਇਹ ਬਈ 2000 ਰੁਪਇਆ ਵਧਾ ਕੇ ਦੇ ਉਹ ਠੀਕ ਠਾਕ ਤੇ ਚੱਕ ਫਤਿਹ ਸਿੰਘ ਵਾਲਾ ਦੀ ਟੀਮ ਨੂੰ 2000 ਰੁਪਇਆ ਵਧਾ ਕੇ ਦਿੱਤਾ ਜਾ ਰਿਹਾ ਵੀਰੇ ਕਿਵੇਂ ਲੱਗ ਰਿਹਾ ਟੂਰਨਾਮੈਂਟ ਇਹ ਬਹੁਤ ਵਧੀਆ ਟੂਰਨਾਮੈਂਟ ਸੀ ਗਰਾਊਂਡ ਲੰਗਰ ਦਾ ਪ੍ਰਬੰਧ ਹਨਾ ਤੇ ਬਾਕੀ ਜਿਹੜੇ ਲੋਟ ਪੈਸੇ ਲੱਗੇ ਸਾਰੇ ਨਹੀਂ ਦੇਖੇ ਹਨਾ ਬਿਲਕੁਲ ਬਿਲਕੁਲ ਮਹਿਮਾਨ ਨਿਰਪੱਖ ਤੇ ਵਧੀਆ ਮਾਣਤਾਣ ਕੀਤਾ ਕਮੇਟੀ ਨੇ ਬਹੁਤ ਵਧੀਆ ਬਹੁਤ ਵਧੀਆ ਇਹ ਹੈ ਜੀ ਚੱਕ ਫਤਿਹ ਸਿੰਘ ਵਾਲਾ ਦੀ ਟੀਮ ਹਰੇਕ ਗਾੜੀ ਖੇਡਣ ਦੀ ਕੋਸ਼ਿਸ਼ ਕਰ ਹਾਂ ਸੋ ਸਾਡੇ ਬਾਈਆਂ ਦਾ ਸਨਮਾਨ ਇਹਨਾਂ ਨੂੰ ਜੀ ਖਰਚਾ ਵੀ ਐਡ ਕਰਕੇ ਦਿੱਤਾ ਜਾ ਰਿਹਾ ਕਮੇਟੀ ਪ੍ਰਬੰਧਕਾਂ ਦੇ ਪ੍ਰਬੰਧ ਦੇਖੋ ਕਿੰਨੇ ਬਹੁਤ ਵਧੀਆ ਨੇ ਸਾਡਾ ਭਰਾ ਮਾਟਾ ਹੋਰ ਵੀਰੇ ਕਿਵੇਂ ਹੋ ਕਿਵੇਂ ਲੱਗ ਰਿਹਾ ਅੱਜ ਦਾ ਟੂਰਨਾਮੈਂਟ ਤੁਹਾਡਾ ਸਫਲਤਾ ਦੇ ਰਾਹ ਦੇ ਵਾਲਾ ਪੂਰਾ ਵਧੀਆ ਲੱਗ ਰਿਹਾ ਪੂਰਾ ਵਧੀਆ ਪੂਰਾ ਵਧੀਆ ਪੂਰਾ ਵਧੀਆ ਤੇ ਕੁਛ ਕਹਿਣਾ ਚਾਹੋਗੇ ਦਰਸ਼ਕ ਵੀਰਾਂ ਨੂੰ ਜੋਤ ਕਹੋ ਜੋਤ ਜੋਤ ਕੀ ਕਹਿਣਾ ਜੋਤ ਕਲਾਰ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੋਰ ਜੋਤ ਵੀਰੇ ਸਾਰੇ ਦਰਸ਼ਕ ਵੀਰਾਂ ਨੂੰ ਕੀ ਕਹੋਗੇ ਦਰਸ਼ਕ ਵੀਰਾਂ ਨੂੰ ਪਰ ਉਹ 10 ਕੁ ਮਹੀਨੇ ਕੰਮ ਨਹੀਂ ਚੱਲਿਆ ਤੈਨੂੰ ਪਤਾ ਕਟਰ ਲੱਗ ਗਏ ਬਾਈ ਦੇ ਹਾਂ ਉਹ ਮੋਟਰ ਹਾਲ ਅਗਲੇ ਸਾਲ ਬਾਈ ਨੂੰ ਪੱਕਾ ਉਹ ਤੋਂ ਮਹਿੰਗਾ ਮੋਟਰ ਹਾਲ ਮਿਲੂਗਾ ਨਾ ਕਿਰਪਾ ਰਵੇ ਆਉਂਦੀ ਵਾਰ ਨੂੰ ਵੀਰ ਨੂੰ ਬੁਲਟ ਦੇਵਾਂਗੇ ਚੱਕ
ਲਓ ਇਧਰਲੇ ਪਾਸੇ ਵੱਡੇ ਐਲਾਨ ਹੋ ਚੁੱਕੇ ਆ ਗੁਰਵੀਰ ਬਾਈ ਹੁਣੀ ਇਧਰ ਜਾ ਗਲੀ ਹਾਂ ਮੇਰਾ ਵੀਰ ਜਗਰੂਪ ਬੈਠਾ ਪਿੱਛੇ ਹਾਂ ਮੇਰੇ ਵੀਰ ਤੋਂ ਜਿਵੇਂ ਆਪਣ ਜੋਤ ਨੂੰ ਫੋਟੋ ਹਾਂ ਬਿਲਕੁਲ ਬਿਲਕੁਲ ਇਹ ਹੁੰਦੇ ਆ ਜੀ ਪਿੰਡ ਦੇ ਖਿਡਾਰੀਆਂ ਦੇ ਮਾਨ ਸਨਮਾਨ ਹੋਣੇ ਚਾਹੀਦੇ ਆ ਇਧਰ ਬਾਈ ਜੀ ਹੋਰ ਬਾਈ ਜੀ ਕੈਮ ਹੋ ਕੈਮ ਹੋ ਹਾਂਜੀ ਪੂਰੇ ਨਹੀਂ ਯਾਰੇ ਕੀ ਕਹਿੰਦਾ ਕਮਲ ਕੈਨੇਡਾ ਵਾਲਾ ਕਮਲ ਕਹਿੰਦਾ ਕੀ ਕਰਾਤਾ ਹਾਂ ਮੀਂਹ ਪਵਾਤਾ ਕਹਿੰਦਾ ਥੋੜਾ ਜਿਹਾ ਮੀਂਹ ਆਉਣ ਦੀ ਤਿਆਰੀ ਆ ਕੈਨੇਡਾ ਵਾਲੇ ਕਮਲ ਨੇ ਵੀ ਬਹੁਤ ਰੁਪਈਏ ਲਾਏ ਆ ਜੀ ਅੱਜ ਦੇ ਖੇਡ ਮੇਲੇ ਦੇ ਉੱਪਰ ਸਾਡੇ ਦਰਸ਼ਕ ਵੀਰ ਆਨੰਦ ਮਾਣ ਰਹੇ ਆ ਮੈਚ ਬਹੁਤ ਵਧੀਆ ਚੱਲ ਰਿਹਾ ਪਰ ਥੋੜੀ ਕੁ ਵੈਦਰ ਜਿਹੜਾ ਖਰਾਬ ਹੋ ਚੁੱਕਿਆ ਹੈ ਸੋ ਬਾਕੀ ਦੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਇਸੇ ਤਰ੍ਹਾਂ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਜੁੜੇ ਰਹੋ ਅਤੇ ਅੱਗੇ ਦੇ ਰਿਜ਼ਲਟ ਤੁਹਾਨੂੰ ਜ਼ਰੂਰ ਦੱਸਦੇ ਹਾਂ ਵੀ ਕੌਣ ਜਿੱਤਿਆ ਕੌਣ ਨਹੀਂ ਲਓ ਜੀ ਫਾਈਨਲ ਮੈਚ ਚੱਲ ਰਿਹਾ ਹੈ ਸੋ ਦੇਖੋ ਕੀ ਡਿਸੀਜਨ ਆਉਂਦੇ ਆ ਸੋ ਅੱਜ ਦੇ ਟੂਰਨਾਮੈਂਟ ਦੀ ਸਮਾਪਤੀ ਹੈ ਜੀ ਬਹੁਤ ਵਧੀਆ ਟੂਰਨਾਮੈਂਟ ਹੋ ਨਿਬੜਿਆ ਸੀਰਾ ਤਖਤਪੁਰੀਆ ਸਾਡਾ ਵੀਰ ਕਰਦੇ ਲੱਖੀ ਲਹਿਰਾ ਨਾਲ ਲਗਾਤਾਰ ਫਾਈਨਲ ਮੈਚ ਚੱਲ ਰਿਹਾ ਜੀ ਇਹ ਜ਼ਰੂਰ ਆਪਾਂ ਦੱਸਦੇ ਹਾਂ।